ਅਕਾਲੀ ਦਲ ਵੱਲੋਂ ਰਾਜ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਜਾਂਚਣਾ ਮੰਗਣਾ ਚੰਗੀ ਗੱਲ। ਜਥੇਦਾਰ ਅਵਤਾਰ ਸਿੰਘ। ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੇ ਰਾਜ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਜਾਂਚਣਾ ਮੰਗਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਨਾਹਾਂ ਦੀ ਮੁਆਫ਼ੀ ਮੰਗਣਾ ਚੰਗੀ ਗੱਲ ਹੈ, ਪਰ ਧਾਰਮਿਕ ਮੁਆਫ਼ੀ ਕਾਨੂੰਨੀ ਮੁਆਫ਼ੀ ਨਹੀਂ ਦਿਲਾ ਸਕਦੀ। ਉਹਨਾਂ ਕਿਹਾ, ਦੇਖਿਏ ਅੱਛੀ ਬਾਤ ਹੈ ਸ਼੍ਰੋਮਣੀ ਅਕਾਲੀ ਦਲ ਕੀ ਸਮੁੱਚੀ ਲੀਡਰਸ਼ਿਪ ਆਜ ਸ੍ਰੀ ਅਕਾਲ ਤਖਤ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੈਂ ਨਤਮਸਤਕ ਹੋ ਕਰ ਪਿਛਲੇ 10 ਸਾਲ ਮੈਂ ਜੋ ਉਹਨੇ ਯਹਾਂ ਪਰ ਸਰਕਾਰ ਚਲਾਈ ਹੈ ਉਸਮੇ ਹੋਈ ਕਿਸੀ ਵੀ ਅਵੱਗਿਆ ਕੇ ਲੀਏ, ਧਾਰਮਿਕ ਅਵੱਗਿਆ ਕੇ ਲੀਏ, ਖਿਮਾ ਯਾਚਨਾ ਕੇ ਲੀਏ ਵਹਾਂ ਪਰ ਪਹੁੰਚੀ ਔਰ ਉਹਨੇ ਅਰਦਾਸ ਬੇਨਤੀ ਕਰਕੇ ਖਿਮਾ ਯਾਚਨਾ ਕੀ ਹੈ ਔਰ ਵਹਾਂ ਪਰ ਆਜ ਸ਼੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਕਰ ਦਿੱਤੇ ਗਏ ਹੈ ਜਿਨਕੇ ਭੋਗ 10 ਦਿਨ ਕੀ ਸਮਾਪਤੀ 10 ਤਰੀਕ ਕੋ ਵਹਾਂ ਅਕਾਲ ਤਖਤ ਸਾਹਿਬ ਪਰਿਸਰ ਮੇਂ ਹੋਗੀ ਔਰ ਵਹਾਂ ਪਰ ਅਰਦਾਸ ਕੀ ਜਾਏਗੀ ਖਿਮਾ ਯਾਚਨਾ ਕੀ। ਤੋ ਮੈਂ ਸਮਝਤਾ ਹੂੰ ਕਿ ਕੋਈ ਵੀ ਜੋ ਗੁਰਸਿੱਖ ਹੈ, ਗੁਰੂ ਕੋ ਮਾਨਣੇ ਵਾਲਾ ਹੈ, ਗੁਰੂ ਮੇਂ ਸ਼ਰਧਾ ਰੱਖਤਾ ਹੈ, ਗੁਰੂ ਮੇਂ ਵਿਸ਼ਵਾਸ ਰੱਖਤਾ ਹੈ, ਉਸਕਾ ਇਹ ਧਰਮ ਹੈ, ਉਸਕਾ ਇਹ ਧਰਮ ਹੈ ਕਿ ਉਹ ਕਿਸੀ ਵੀ ਅਵੱਗਿਆ ਕੇ ਲੀਏ, ਕਿਸੀ ਵੀ ਮਰਿਆਦਾ ਕੀ ਉਲੰਘਣਾ ਕੇ ਲੀਏ, ਕਿਸੀ ਵੀ ਧਾਰਮਿਕ ਅਵੱਗਿਆ ਕੇ ਲੀਏ ਉਹ ਗੁਰੂ ਸੇ ਖਿਮਾ ਯਾਚਨਾ ਕਰਤਾ ਹੈ ਔਰ ਜੋ ਗੁਰੂ ਕੇ ਆਗੇ ਅਰਦਾਸ ਬੇਨਤੀ ਕਰਕੇ ਖਿਮਾ ਯਾਚਨਾ ਕੀ ਜਾਤੀ ਹੈ। ਮੈਂ ਸਮਝਤਾ ਹੂੰ ਕਿ ਕਿਉਂਕਿ ਗੁਰੂ ਕੋ ਹਮ ਸਮਝਤੇ ਹੈ ਕਿ ਗੁਰੂ ਬਖਸ਼ਿੰਦ ਹੈ, ਗੁਰੂ ਜੋ ਹੈ ਵੋ ਹਮਾਰਾ ਬਖਸ਼ਣਹਾਰ ਹੈ, ਤੋ ਹਮਾਰੀ ਗਲਤੀਓ ਕੋ ਵੋ ਮਾਫ਼ ਕਰ ਦੇਂਗੇ ਔਰ ਮੈਂ ਸਮਝਤਾ ਹੂੰ ਕਿ ਇਹ ਜੋ ਮਾਫ਼ੀ ਹੈ ਜਾਂ ਇਹ ਜੋ ਖਿਮਾ ਯਾਚਨਾ ਹੈ ਇਹ ਧਾਰਮਿਕ ਮਰਿਆਦਾ ਕੇ ਅਨੁਸਾਰ ਮੰਗੀ ਜਾਤੀ ਹੈ ਔਰ ਇਸਮੇ ਜੋ ਕੋਈ ਕਾਨੂੰਨੀ ਪੱਖ ਹੋਤਾ ਹੈ ਵੋ ਇਸਮੇ ਨਹੀਂ ਆਤਾ ਹੈ ਜਾਂ ਜੇ ਕਾਨੂੰਨੀ ਪੱਖ ਮੇਂ ਇਸਕੋ ਨਹੀਂ ਇਸਕੋ ਉਸਮੇ ਨਹੀਂ ਸ਼ਾਮਿਲ ਕੀਆ ਜਾ ਸਕਦਾ ਕਿ ਉਹਨੇ ਖਿਮਾ ਯਾਚਨਾ ਕੀ ਹੈ ਵੋ ਕਸੂਰਵਾਰ ਹੈ, ਐਸਾ ਨਹੀਂ ਹੈ। ਤੋ ਕਾਨੂੰਨ ਆਪਣਾ ਰਸਤਾ ਅਖਤਿਆਰ ਕਰਤਾ ਹੈ ਲੇਕਿਨ ਹਮਾਰੇ ਸੇ ਹੋਈ ਜੋ ਵੀ ਗਲਤੀ ਜਾਂ ਕੋਈ ਹੋਤਾ ਹੈ ਐਸਾ ਅਵੱਗਿਆ ਹੋਤੀ ਹੈ ਉਸਕੇ ਲਈ ਹਮ ਗੁਰੂ ਕੇ ਆਗੇ ਜੋ ਖਿਮਾ ਯਾਚਨਾ ਕਰਤੇ ਹੈ ਉਹ ਧਾਰਮਿਕ ਮਰਿਆਦਾ ਕੇ ਅਨੁਸਾਰ ਹੋਤਾ ਹੈ ਔਰ ਉਸਮੇ ਹਮੇ ਜੋ ਹੈ ਉਹ ਗੁਰੂ ਪਰ ਭਰੋਸਾ ਔਰ ਨਿਸ਼ਚਾ ਔਰ ਵਿਸ਼ਵਾਸ ਰੱਖ ਕੇ ਹਮ ਇਹ ਕਰਤੇ ਹੈ। ਦੇਖੀਏ ਵਹਾਂ ਪਰ ਜੋ ਸਮੁੱਚੀ ਲੀਡਰਸ਼ਿਪ ਹੈ ਜਿਸਮੇ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਸਾਹਿਬ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਔਰ ਸਭੀ ਜੋ ਹਮਾਰੇ ਆਗੂ ਹੈ, ਡਾਕਟਰ ਦਲਜੀਤ ਸਿੰਘ ਚੀਮਾ ਹੈ ਔਰ ਵੀ ਕਈ ਲੀਡਰ ਹੈ, ਉਹ ਸਭ ਵਹਾਂ ਪਰ ਇਕੱਤਰਿਤ ਹੈ ਔਰ ਵੋ ਆਜ ਲੰਗਰ ਕੀ ਸੇਵਾ ਕਰੇਂਗੇ, ਜੋੜੇ ਕੀ ਸੇਵਾ ਕਰੇਂਗੇ ਔਰ ਇਸ 3 ਦਿਨ ਤੱਕ ਚੱਲੇਗਾ। ਪਰਸੋਂ 10 ਤਰੀਕ ਕੋ ਇਸਕੀ ਸ੍ਰੀ ਅਖੰਡ ਪਾਠ ਸਾਹਿਬ ਕੀ ਸਮਾਪਤੀ ਹੋਗੀ। ਕਹਿਣੇ ਕਾ ਮਤਲਬ ਕਹੀਂ ਨਾ ਕਹੀਂ ਇਹ ਪਿਛਲੇ 10 ਸਾਲ ਮੇਂ ਇਨਸੇ ਗਲਤੀਆਂ ਹੋਈ ਹੈ ਜਿਸਕੀ ਇਹ ਸਮਾਜ ਯਾਚਨਾ ਕੇ ਲੀਏ ਵਹਾਂ ਪਰ ਪਹੁੰਚੇ। ਦੇਖੀਏ ਗਲਤੀਆਂ ਤਾਂ ਕੁਛ ਨਾ ਕੁਛ ਹੋ ਹੀ ਜਾਤੀ ਹੈ, ਹਮ ਉਨਕੋ ਡਿਨਾਈ ਥੋੜ੍ਹਾ ਕਰ ਸਕਤੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਆ ਨਿਰਾਦਰ ਹੁਆ ਹੈ, ਹਮ ਉਸਕੋ ਡਿਨਾਈ ਥੋੜ੍ਹਾ ਕਰ ਸਕਤੇ ਹੈ। ਔਰ ਮੈਂ ਸਮਝਤਾ ਹੂੰ ਕਿ ਜੋ ਵੀ ਕਾਂਡ ਹੋਏ ਹੈ ਵੋ ਸਭ ਤੋ ਸਭ ਪਤਾ ਹੈ, ਲੇਕਿਨ ਉਨਕੇ ਧਾਰਮਿਕ ਨਿਸ਼ਚੇ ਸੇ ਧਾਰਮਿਕ ਤੌਰ ਪਰ ਜੋ ਅਵੱਗਿਆ ਹੋਈ ਹੈ ਉਸਕੀ ਖਿਮਾ ਯਾਚਨਾ ਕਰ ਰਹੇ ਹੈ। ਦੇਖੀਏ ਗੁਰੂ ਗ੍ਰੰਥ ਸਾਹਿਬ ਕਾ ਨਿਰਾਦਰ ਤੋ ਅਬ ਵੀ ਹੋ ਰਿਹਾ ਹੈ, ਲੇਕਿਨ ਇਹ ਤੋ ਕਿਸੀ ਕੇ ਮਨ ਮੇਂ ਗੁਰੂ ਕੀ ਸ਼ਰਧਾ ਹੈ, ਜੋ ਮਾਫ਼ੀ ਮੰਗਤਾ ਹੈ ਵੋ ਸ਼ਰਧਾ ਭਾਵਨਾ ਸੇ ਹੀ ਮੰਗਤਾ ਹੈ ਨਾ, ਤੇ ਇਨਕੇ ਮਨ ਮੇਂ ਨਹੀਂ ਹੈ, ਇਹ ਨਹੀਂ ਮੰਗੇਂਗੇ। ਬੇਅਦਬੀ ਕੇ ਪਿਛਲੇ 10 ਸਾਲ ਮੇਂ ਜੋ ਬੇਅਦਬੀ ਹੋਈ ਹੈ ਆਪ ਉਸਮੇਂ ਸਰਕਾਰ ਕਾ ਦੋਸ਼ ਮਾਨਤੇ ਹੈ? ਇਹ ਸਰਕਾਰ ਕਾ ਦੋਸ਼ ਜੋ ਹੈ ਨਾ ਇਹ ਮੈਨੇ ਉਸਕਾ ਫੈਸਲਾ ਨਹੀਂ ਕਰਨਾ ਹੈ, ਕਿਉਂਕਿ ਦੇਖੀਏ
अब सिट बन चुकी है, सिट जो है वो अपना काम कर रही है। पहले एक और सिट बनी है, उसने अपना काम किया, उसने दोषी पकड़े हैं, वो दोषी पकड़ रहे हैं। तो ये इसको जो है व्यापक रूप पर ये जो सिट है ये भी अपनी इंक्वायरी कर रही है। लुधियाना तो अजीत वैब टीवी लई रुपेश कुमार की रिपोर्ट।